ਹਾਂਜੀ, ਕੀ ਹਾਲ ਚਾਲ ਜੀ? ਸਾਰੇ ਠੀਕ ਠਾਕ ਨੇ? ਅੱਜ ਆਪਾਂ ਆਏ ਹਾਂ ਗੱਡੀ ਭਰਨ, ਵਿਸਾਖੇ ਪਟਨੇ ਲਾਗੇ ਆਏ ਹਾਂ, ਅੰਬ ਪਾਪੜ ਭਰਨ ਆਏ ਹਾਂ ਇੱਥੋਂ। ਆਹ ਵੇਖੋ, ਤੁਹਾਨੂੰ ਅੰਬ ਖਾਈਏ ਨਾਲੇ। ਆਹ ਵੇਖੋ ਅੰਬ, ਹੁਣ ਪਤਾ ਨਹੀਂ ਕਿਹੜੀ ਹੈ, ਦੁਸਹਿਰੀ ਆ ਕਿ ਕਿਹੜੇ ਆ। ਅੰਬ ਪਾਪੜ ਬਣਨਾ ਇੱਥੇ। ਆਹ ਆਪਣੀ ਗੱਡੀ ਲੱਗੀ ਆ, ਨਾਲ ਮੇਰੇ ਮਾਮੇ ਦਾ ਮੁੰਡਾ ਆ, ਤੁਹਾਨੂੰ ਮਿਲਾਉਂਦੇ ਹਾਂ ਨਾਲੇ ਇਹਦੇ ਨਾਲ। ਆ ਜੀ ਆਪਣੇ ਮਾਮੇ ਦਾ ਮੁੰਡਾ। ਹੋਰ ਜੀ ਕੀ ਹਾਲ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਧੀਆ ਵਧੀਆ, ਤੁਸੀਂ ਸੁਣਾਓ? ਵਧੀਆ ਠੀਕ ਠਾਕ ਆ। ਕਿੱਥੇ ਦੀ ਭਰੇਗੀ ਮੋਟਰ ਮੁੰਡਿਆ? ਇਹ ਭਰਨੀ ਵਿਸਾਖੇ ਪਟਨੇ ਤੋਂ ਅੰਮ੍ਰਿਤਸਰ। ਚੱਲ ਵਧੀਆ ਵਧੀਆ, ਅੰਮ੍ਰਿਤਸਰ ਦੀ ਭਰਨ ਆਏ ਆ ਜੀ, ਤੇ ਨਾਲੇ ਤੁਹਾਨੂੰ ਵਿਖਾਉਂਦੇ ਆ ਵੀ ਕਿੱਦਾਂ ਅੰਬ ਸਾਫ ਕਰਦੇ ਆ, ਹੈ ਨਾ, ਤੇ ਅੰਬ ਪਾਪੜ ਬਣਦਾ ਵੀ ਖਾਵਾਂਗੇ ਤੁਹਾਨੂੰ, ਸਫਾਈ ਸਫੂਈ ਕਿੱਦਾਂ ਹੁੰਦੀ ਆ। ਚਲੋ ਠੀਕ ਆ, ਤੁਹਾਨੂੰ ਅੱਗੇ ਮਿਲਦੇ ਹਾਂ ਫਿਰ। ਆਹ ਵੇਖੋ ਇੱਥੇ ਅੰਬ ਤੋਂ ਬਣ ਰਹੇ ਆ, ਇਹ ਤਾਂ ਸੁੱਟ ਹੀ ਜਾਂਦੇ, ਇਹ ਤਾਂ ਧੁੱਪ ਲੱਗ ਜਾਣ ਰਹੇ ਆ। ਆ ਲੈ ਜਾਂਦਾ ਬੰਦਾ ਅੰਬ। ਅੰਬ ਪਾਪੜ ਬਣ ਆ ਜਾਣ ਡੇ ਧੁੱਪ ਦੀ ਗਾੜੀ। ਗਾੜੀ ਮਸ਼ੀਨ ਲੱਗੀ, ਇਹ ਕੱਢੀ ਜਾਂਦੀ ਜੂਸ ਇਹਨਾਂ ਦਾ। ਇਹ ਸਫਾਈ ਕਰਨਾ ਪਾਣੀ ਜਿਹੜਾ ਗਲਿਆ ਸਾਈਡ ਦੇ ਕੱਢੀ ਜਾਂਦੇ, ਇੱਥੇ ਜੂਸ ਨਿਕਲ ਰਿਹਾ। ਆਹ ਮੋਟਰ ਅੰਦਰ ਘੱਲਣ ਡਈ, ਆਹ ਉਹ ਗੱਡੀਆਂ ਨਿਕਲ ਰਹੀ। ਚਲੋ ਗਾੜੀ ਜਾ ਕੇ ਬਣਾਉਂਦੇ ਫਿਰ, ਅੱਗੇ ਨਹੀਂ ਜਾਣ ਦੇ ਇੰਡੇ ਕੰਪਨੀ 'ਚ। ਆਹ ਬਣਿਆ ਪਿਆ ਅੰਬ ਪਾਪੜ, ਨਾਲ ਕੋਲਡ ਸਟੋਰ ਇਹਦੇ ਅੰਦਰ ਵੀ ਮਾਰ ਰੱਖਿਆ ਇਹਨਾਂ ਨੇ। ਤੁਹਾਨੂੰ ਦਿਖਾਉਂਦੇ ਬਾਹਰ ਪਾਉਂਦੇ ਕਿੱਦਾਂ ਇਹ। ਆਹ ਧੁੱਪੇ ਪਾਇਆ, ਢੱਕਿਆ ਆ ਕਿਉਂਕਿ ਬਾਰਿਸ਼ ਦਾ ਟਾਈਮ ਆ, ਜਦੋਂ ਮਰਜ਼ੀ ਬਾਰਿਸ਼ ਆ ਸਕਦੀ ਇੱਥੇ। ਆਹ ਕਿੱਦਾਂ ਢੱਕਿਆ ਇਹਨਾਂ ਨੇ, ਆਹ ਸਾਰਾ ਢੱਕਿਆ। ਉਹ ਟੈਂਕਾਂ ਦੇ ਵਿੱਚ ਭਰ ਭਰ ਜੂਸ ਇਹਨਾਂ ਦਾ ਰੱਖੀ ਜਾਣਾ ਆ, ਹੁਣ ਤਾਂ ਬਣਾਈ ਜਾਂਦੇ ਨਾਲੋਂ ਨਾਲ, ਜਦੋਂ ਬਾਰਿਸ਼ ਦਾ ਟਾਈਮ ਬਣਾਉਣਾ ਫਿਰ ਸਟੋਰੇਜ ਕਰ ਲੈਣਾ ਉਹਦੇ ਵਿੱਚ। ਵੇਖ ਲਓ ਅੰਬ ਪਾਪੜ ਬਣ ਰਿਹਾ।